ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਅਤੇ ਬੱਸ ਦੇ ਵਿਚਾਲੇ ਭਿਆਨਕ ਟੱਕਰ ਹੁੰਦੀ ਹੈ, ਜਿਸ ਦੇ ਵਿੱਚ 15 ਤੋਂ ਵੱਧ ਸਵਾਰੀਆਂ ਦੇ ਗੰਭੀਰ ਸੱਟਾਂ ਲੱਗਦੀਆਂ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ। ਤਾਂ ਦੱਸਿਆ ਜਾ ਰਿਹਾ ਹੈ ਕਿ ਨਕੋਦਰ ਜਲੰਧਰ ਬਾਈਪਾਸ ਚੌਂਕ 'ਤੇ ਇੱਕ ਤੇਜ਼ ਰਫ਼ਤਾਰ ਅਤੇ ਬੱਸ ਦੇ ਵਿਚਾਲੇ ਟੱਕਰ ਹੁੰਦੀ ਹੈ, ਜਿਸ ਦੇ ਵਿੱਚ ਸਵਾਰੀਆਂ ਅਤੇ ਬੱਸ ਡਰਾਈਵਰ ਅਤੇ ਕੰਡਕਟਰ ਦੇ ਮਾਮੂਲੀ ਸੱਟਾਂ ਲੱਗਦੀਆਂ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਇਹ ਪੂਰੀ ਘਟਨਾ ਜਿਹੜੀ ਹੈ ਬੀਤੀ ਦੇਰ ਰਾਤ ਨਕੋਦਰ ਜਲੰਧਰ ਬਾਈਪਾਸ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਟਰੱਕ ਅਤੇ ਬੱਸ ਵਿਚਾਲੇ ਭਿਆਨਕ ਟੱਕਰ ਹੁੰਦੀ ਹੈ। ਦੱਸਿਆ ਜਾ ਰਿਹਾ ਕਿ ਬੱਸ ਦੇ ਵਿੱਚ 15 ਸਵਾਰੀਆਂ ਜਿਹੜੀਆਂ ਨੇ ਸਵਾਰ ਹੁੰਦੀਆਂ ਨੇ, ਜਿਨ੍ਹਾਂ ਦੇ ਮਾਮੂਲੀ ਸੱਟਾਂ ਲੱਗਦੀਆਂ ਨੇ, ਜਿਸ ਤੋਂ ਬਾਅਦ ਆਸੇ ਪਾਸੇ ਤੋਂ ਲੰਘ ਰਹੇ ਲੋਕਾਂ ਅਤੇ ਸਥਾਨਕ ਲੋਕਾਂ ਦੁਆਰਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ। ਇਸੇ ਦੌਰਾਨ ਬੱਸ ਚਾਲਕ ਅਤੇ ਕੰਡਕਟਰ ਦੇ ਵੀ ਗੰਭੀਰ ਸੱਟਾਂ ਲੱਗਦੀਆਂ ਨੇ। ਦੱਸੀ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਮੋਗਾ ਡਿਪੂ ਦੀ ਬੱਸ, ਜੋ ਕਿ ਜਲੰਧਰ ਤੋਂ ਮੋਗਾ ਜਾ ਰਹੀ ਸੀ, ਜਦੋਂ ਇਹ ਨਕੋਦਰ ਬਾਈਪਾਸ ਦੇ ਚੌਂਕ ਨੂੰ ਪਾਰ ਕਰਦੀ ਹੈ ਤਾਂ ਸਾਹਮਣੇ ਤੋਂ ਇੱਕ ਟਰੱਕ ਆ ਰਿਹਾ ਹੁੰਦਾ ਹੈ ਅਤੇ ਜਿਸ ਦੇ ਨਾਲ ਇਸ ਦੀ ਭਿਆਨਕ ਟੱਕਰ ਹੋ ਜਾਂਦੀ ਹੈ, ਜਿਸ ਦੌਰਾਨ ਸਵਾਰੀਆਂ ਦੇ ਵੀ ਗੰਭੀਰ ਸੱਟਾਂ ਲੱਗਦੀਆਂ ਨੇ ਅਤੇ ਬੱਸ ਕੰਡਕਟਰ ਅਤੇ ਡਰਾਈਵਰ ਦੇ ਵੀ ਗੰਭੀਰ ਸੱਟਾਂ ਲੱਗਦੀਆਂ ਨੇ। ਉੱਥੇ ਹੀ ਲੋਕਾਂ ਦੁਆਰਾ ਇਹਨਾਂ ਲੋਕਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਹੈ। ਮੌਕੇ 'ਤੇ ਪੁਲਿਸ ਪਹੁੰਚਦੀ ਹੈ ਅਤੇ ਪੁਲਿਸ ਦੁਆਰਾ ਜਾਂਚ ਜਿਹੜੀ ਆ ਉਹ ਕੀਤੀ ਜਾਂਦੀ ਹੈ। ਉੱਥੇ ਹੀ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇਗੀ। ਬੇਟਾ ਕੀ ਨਾਮ ਹੈ? ਕੀ ਗੱਲਬਾਤ ਕੀ ਹੋਈ ਆ? ਬੱਸ ਦਾ ਟਰੱਕ ਦੇ ਨਾਲ ਐਕਸੀਡੈਂਟ ਹੋ ਰਿਹਾ ਸੀ। ਅੱਛਾ, ਕਿੰਨੀਆਂ ਕਸਵਾਰੀਆਂ ਸੀ ਬੱਸ 'ਚ? ਬੱਸ ਮਤਲਬ ਜਿਹੜੀਆਂ ਸੀਟਾਂ ਸੀ ਮੈਂ ਸਾਰੀ ਭਰੀ ਹੋਈ ਸੀ। ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੀ ਸੀ ਬੱਸ? ਅਸੀਂ ਜਲੰਧਰ ਤੋਂ ਇੱਧਰ ਨਕੋਦਰ ਆਏ ਸੀ। ਬੱਸ ਕਿਹੜੀ ਸੀਗੀ? ਪੰਜਾਬ ਰੋਡ ਰਹੀ ਸੀ। ਤੇ ਕਿੰਨੇ ਕੁ ਜ਼ਖਮੀ ਹੋਏ ਆ? ਕਾਫੀ ਜ਼ਿਆਦਾ ਹੋਏ। ਹਾਂਜੀ ਭਾਜੀ, ਕੀ ਨਾਮ ਜੀ? ਕੀ ਗੱਲਬਾਤ ਕੀ ਹੋਈ ਆ? ਭਾਜੀ ਕੀ ਨਾਮ ਜੀ? ਸੰਦੀਪ ਸਿੰਘ। ਕੀ ਗੱਲਬਾਤ ਕੀ ਹੋਈ ਆ? ਗੱਲਬਾਤ ਕੋਈ ਨਹੀਂ, ਇਹ ਹਲੇ ਘਰੋਂ ਤੁਰਿਆ ਸੀਗਾ, ਆ ਰਿਹਾ ਸੀ ਇੱਥੇ ਚੌਂਕ 'ਚ, ਆਇਆ ਤਾਂ ਉਹਨੇ ਬ੍ਰੇਕ ਹੀ ਨਹੀਂ ਮਾਰੀ ਬੱਸ ਵਾਲੇ ਨੇ। ਅੱਛਾ। ਹਾਂਜੀ, ਲਿਆ ਕੇ ਇੱਥੇ ਕਨੈਕਟਰ ਸਾਈਡ 'ਤੇ ਮਾਰੀ ਉਹਨੇ ਗੱਡੀ। ਅੱਛਾ ਜੀ। ਹਾਂਜੀ, ਇਹ ਹੋਇਆ ਕਿਸ ਕਿੱਥੇ ਕਰਕੇ ਆ ਇਹ? ਆ ਚੌਂਕ ਦੇ ਵਿੱਚ ਜੀ। ਅੱਛਾ। ਹਾਂਜੀ, ਤੁਹਾਡੇ ਸੱਟ ਵਗੈਰਾ ਤਾਂ ਲੱਗੀ ਕਿਸੇ ਦੇ? ਮੇਰੇ ਆ ਜੀ ਮੂੰਹ ਤੇ ਲੱਗੀ ਆ, ਲੱਤ ਖਿੱਚੀ ਗਈ ਇੱਕਦਮ ਹੀ ਵਿੱਚੋਂ, ਕਿ ਮੈਂ ਦੂਜੇ ਪਾਸੇ ਵੱਜਾ ਨਾ। ਅੱਛਾ। ਪੂਰੇ ਡੈਸ਼ਬੋਰਡ ਦੇ ਵਿੱਚ ਮੂੰਹ ਵੱਜਾ ਮੇਰਾ। ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਆ ਰਹੇ ਸੀ ਤੁਸੀਂ? ਮੇਰਾ ਨਾਲ ਹੀ ਪਿੰਡ ਆ ਤਲਵੰਡੀ ਭਰੋ। ਅੱਛਾ ਜੀ। ਹਾਂਜੀ, ਤੇ ਕਿੱਥੇ ਜਾ ਰਹੇ ਸੀ? ਜਾਣਾ ਸੀ ਮੈਂ ਗਾਂ ਅੱਗੇ ਯੂਪੀ ਜਾਣਾ ਸੀ, ਆਪਣੇ ਮਿਰਜ਼ਾਪੁਰ। ਅੱਛਾ, ਕੀ ਲੱਦਿਆ ਕੀ ਆਪਾਂ? ਚੱਪਲ ਲਿਆ ਜੀ। ਅੱਛਾ। ਹਾਂਜੀ, ਇਹ ਕਿਹੜੀ ਗੱਡੀ ਆ ਇਹ? ਇਹ ਗੱਡੀ 6 ਚੱਕੀ ਆ ਜੀ, ਕੋਮਟ। ਠੀਕ। ਕੀ ਨਾਮ ਜੀ? ਮੇਰਾ ਏਸੇ ਨਰਮਲ ਸਿੰਘ। ਸਰ, ਜਿਹੜਾ ਇੱਥੇ ਐਕਸੀਡੈਂਟ ਹੋਇਆ, ਕੀ ਇਹ ਮਾਮਲਾ ਹੈਗਾ? ਬੱਸ ਆ ਰਹੀ ਸੀ ਜਲੰਧਰ ਸਾਈਡ ਤੋਂ। ਅੱਛਾ ਜੀ। ਟਰੱਕ ਆ ਗਿਆ ਇਧਰੋਂ ਮੁੰਸੀਆਂ ਵੱਲੋਂ, ਇੱਥੇ ਚੌਂਕ ਜਾਣ ਕੇ ਉਹ ਬਚ ਗਏ। ਓਕੇ। ਕੁਝ ਜ਼ਖਮੀ ਹੋ ਗਏ ਆ, 12-13 ਜਾਣੇ। ਠੀਕ ਹੈ। ਸਵਾਰੀਆਂ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਕਾਰਵਾਈ ਥਾਣੇ ਵਾਲੇ ਆਏ ਆ, ਥਾਣੇ ਵਾਲੇ ਅੰਦਰ ਬਿਆਨ ਬੂਨ ਲੈਂਦੇ ਉਹਨਾਂ ਦੇ, ਉਹ ਕਰ ਰਹੇ ਆ ਕਾਰਵਾਈ। ਬੱਸ ਸਾਈਡ ਤੇ ਕਰਵਾ ਲਈ ਆ, ਟਰੱਕ ਵੀ ਸਾਈਡ ਤੇ ਕਰਵਾਤਾ ਆ। ਠੀਕ ਹੈ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਜਾਨੀ ਨੁਕਸਾਨ ਨਹੀਂ ਹੋਇਆ।